ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਜਿਵੇਂ ਕਿ ਲਗਾਤਾਰ ਜੇ ਕਹੀਏ ਕਿ ਲੇਬਰ ਤਬਕੇ ਦਾ ਪਲਾਨ ਜਾਰੀ ਹੈ ਤਾਂ ਦੂਜੇ ਪਾਸੇ ਆਮ ਲੋਕ ਸਟੂਡੈਂਟਸ ਉਹ ਵੀ ਜਿਹੜੇ ਨੇ ਕਿ ਘਰ ਵਾਪਸ ਜਾ ਰਹੇ ਨੇ ਕਿਉਂਕਿ ਲੋਕਡਾਊਨ ਚੱਲ ਰਿਹਾ ਹੈ ਤਾਂ ਪੜ੍ਹਾਈ ਕੰਮਕਾਰ ਸਭ ਪ੍ਰਭਾਵਿਤ ਹੋ ਰਿਹਾ ਹੈ ਪਰ ਇਸ ਦੇ ਵਿੱਚ ਪੁਲਿਸ ਵੀ ਹੁਣ ਇਸ ਮਦਦ ਦੇ ਵਿੱਚ ਜੁੜ ਚੁੱਕੀ ਹੈਗੀ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਸੈਕਟਰ 17 ਦੇ ਵਿੱਚ ਅਸੀਂ ਖੜੇ ਹਾਂ ਤੇ ਇਹ ਲੇ ਲਦਾਖ ਨੂੰ ਵਾਪਸ ਜਾਣ ਵਾਲੇ ਸਟੂਡੈਂਟਸ ਹੈਗੇ ਨੇ ਕੁਝ ਟਾਈਮ ਪਹਿਲਾਂ ਇੱਕ ਟਵੀਟ ਆਇਆ ਸੀ ਟਵੀਟ ਦੇ ਵਿੱਚ ਕਿਹਾ ਗਿਆ ਸੀਗਾ ਕਿ ਕਈ ਬੱਚੇ ਕਈ ਇਸ ਤਰ੍ਹਾਂ ਦੀ ਜਗ੍ਹਾ ਤੇ ਆ ਜਿੱਥੇ ਕਿ ਉਹਨਾਂ ਕੋਲ ਆਮ ਫੈਸਿਲਿਟੀ ਨਹੀਂ ਹੈਗੀ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਜਾਣ ਦੇ ਲਈ ਯਾਨੀ ਕਿ ਜਿੱਥੇ ਪਲੇਟਫਾਰਮ ਬਣਾਇਆ ਜਿਸ ਤੋਂ ਬਾਅਦ ਇਹਨਾਂ ਦੀ ਪਹਿਲਾਂ ਸਕਰੀਨਿੰਗ ਹੋਏਗੀ ਫਿਰ ਇਹਨਾਂ ਨੇ ਜਾਣਾ ਲੋਕਡਾਊਨ ਦੇ ਚੱਲਦੇ ਹੋਏ ਪੂਰੇ ਸਾਧਨ ਨਹੀਂ ਮਿਲ ਰਹੇ ਹੈਗੇ ਕੈਬ ਦੀ ਗੱਲ ਹੋਵੇ ਆਟੋ ਦੀ ਗੱਲ ਹੋਵੇ ਤਾਂ ਚੰਡੀਗੜ੍ਹ ਪੁਲਿਸ ਮਦਦ ਦੇ ਵਾਸਤੇ ਨਿਤਰੀ ਹੈ ਨੀਲਾਂਬਰੀ ਜਗਾਦਲੇ ਜੋ ਕਿ SSP ਚੰਡੀਗੜ੍ਹ ਨੇ ਉਹਨਾਂ ਨੇ ਟਵੀਟ ਤੇ ਤੁਰੰਤ ਰਿਪਲਾਈ ਕਰਦੇ ਹੋਏ ਕਿਹਾ ਕਿ ਪੁਲਿਸ ਮਦਦ ਦੇ ਲਈ ਆ ਰਹੀ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਕਿ PCS ਵੈਨਸ ਨੇ ਇਹਨਾਂ ਬੱਚਿਆਂ ਦੇ ਜਿਹੜਾ ਸਮਾਨ ਹੈ ਉਹਨਾਂ ਨੂੰ ਤੇ ਪੂਰੇ ਸੋਸ਼ਲ ਡਿਸਟੈਂਸ ਨੂੰ ਦੇਖਦੇ ਹੋਏ ਕਈ ਜਿਹੜੀ ਇਹ PCR ਵੈਨਸ ਨੇ ਉਹ ਲਾਈਆਂ ਹੈਗੀਆਂ ਨੇ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਹੈ ਜਿਹੜਾ ਕਿ ਇੱਥੇ ਛੱਡਿਆ ਹੈਗਾ ਜਿਸ ਤੋਂ ਬਾਅਦ ਇਹਨਾਂ ਦੀ ਸਕਰੀਨਿੰਗ ਹੋਣੀ ਹੈ ਫਿਰ ਇੱਥੇ ਜਾਣਾ ਹੈਗਾ ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਹਰ ਇੱਕ ਚੀਜ਼ ਦੇ ਵਿੱਚ ਆਪਦਾ ਯੋਗਦਾਨ ਪਾਇਆ ਲੰਗਰ ਹੋਵੇ ਲੋਕਾਂ ਦੀ ਮਦਦ ਦੀ ਗੱਲ ਹੋਵੇ ਤਾਂ ਇਸ ਸੇਵਾ ਦੇ ਵਿੱਚ ਵੀ ਲਗਾਤਾਰ ਲੱਗੇ ਹੋਏ ਨੇ ਇਹ ਸ਼ੁਰੂਆਤ ਕਹੀ ਜਾ ਸਕਦੀ ਹੈ ਕਿ ਆਖਿਰਕਾਰ ਜਿਸ ਤਰ੍ਹਾਂ ਦੇ ਨਾਲ PCR ਵੈਨਸ ਨੇ ਜਿਹੜੀਆਂ ਇਹਨਾਂ ਨੂੰ ਲੈ ਕੇ ਪਹੁੰਚੀਆਂ ਨੇ ਤੁਸੀਂ ਦੇਖੋ ਕਿ ਕਿਉਂਕਿ ਇੱਥੇ ਹੀ ਜਗ੍ਹਾ ਤੇ ਇਹ ਆਪਣਾ ਸਮਾਨ ਲੈ ਕੇ ਆ ਜਿਹੜਾ ਉਸ ਤੋਂ ਬਾਅਦ ਪਹੁੰਚਣਗੇ ਤੇ ਅੱਗੇ ਇਹ ਜਾਣਗੇ ਕਿਹਾ ਜਾ ਸਕਦਾ ਕਿਸ ਤਰ੍ਹਾਂ ਦਾ ਮੈਸੇਜ ਸੀਗਾ PCR ਨੂੰ ਕਿਉਂਕਿ ਆਮ ਤੌਰ ਤੇ ਲੋਕ ਪਰੇਸ਼ਾਨੀ ਵਾਸਤੇ PCR ਨੂੰ ਕਾਲ ਕਰਦੇ ਨੇ ਕੀ ਡਿਪਾਰਟਮੈਂਟ ਵੱਲੋਂ ਕੋਈ ਮੈਸੇਜ ਆਇਆ ਸੀ ਜਿਸ ਤੋਂ ਬਾਅਦ ਬੱਚੇ ਨੂੰ ਲੈ ਕੇ ਆਏ ਹਾਂਜੀ ਹਾਂਜੀ ਵੀਰ ਜੀ ਮੈਂ ਦੱਸਿਆ ਤਾਂ ਕਿ ਇੱਥੇ ਖੁੱਡੇ ਲੋਰੇ ਤੋਂ ਨਾ ਬੱਚਿਆਂ ਜਾਣਾ ਲੇਹ ਲਦਾਖ ਵੀ ਤੁਸੀਂ ਇਹਨਾਂ ਦੀ ਹੈਲਪ ਕਰੋ ਅਸੀਂ ਹੈਲਪ ਵਾਸਤੇ 3 ਗੱਡੀਆਂ ਸਾੜੀਆਂ ਜਿਹੜੀਆਂ PCR ਦੀਆਂ ਉੱਥੋਂ ਪਿਕ ਕਰਕੇ ਲਈਆਂ ਇੱਥੋਂ ਇਹਨਾਂ ਦੀ ਬੱਸ ਜਾਣੀ ਹੋਣੀ ਆ ਇਸੇ ਦੇ ਲੇਹ ਵਾਸਤੇ ਇਹਨਾਂ ਕੋਲ ਕੋਈ ਸਾਧਨ ਨਹੀਂ ਸੀ ਉੱਥੋਂ ਵੀ ਜਿਵੇਂ ਆਟੋ ਕੈਬ ਵਗੈਰਾ ਬੰਦ ਰਹੇ ਕੋਈ ਹੈ ਨਹੀਂ ਤਾਂ ਸਾਧਨ ਨਹੀਂ ਤਾਂ ਹੈ ਇਸ ਕਰਕੇ ਫਿਰ ਅਸੀਂ ਇਹ ਸਾਰੇ ਬੱਚੇ ਸ਼ਿਫਟ ਕਰਤੇ ਫਿਰ ਤੁਹਾਨੂੰ ਹਾਂਜੀ ਹਾਂਜੀ ਇੱਥੋਂ ਲਿਆ ਇੱਥੋਂ ਇਹਨਾਂ ਦੀ ਜਿਹੜੀ ਬੱਸ ਜਾਣੀ ਹੈ ਨਾ ਉਹ ਇੱਥੋਂ ਜਾਊਂਗੀ ਬਿਲਕੁਲ ਕਹਿ ਸਕਦਾ ਤੁਸੀਂ ਦੇਖੋ ਕਿ ਪੁਲਿਸ ਵੱਲੋਂ ਜਿਹੜੇ ਕਿ ਇਹਨਾਂ ਦੀ ਮਦਦ ਦੇ ਵਾਸਤੇ ਕਿਉਂਕਿ PCR ਵੈਨਸ ਆਮ ਤੌਰ ਤੇ ਦੇਖਦੇ ਆ ਕੋਈ ਘਟਨਾ ਹੋ ਜਾਂਦੀ ਹੈ ਫਿਰ ਉੱਥੇ ਇਹ ਵੈਨਸ ਪਹੁੰਚਦੀਆਂ ਨੇ ਤੇ ਲਗਾਤਾਰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਦਦ ਦੇ ਲਈ ਅੱਗੇ ਆਇਆ ਹੈਗਾ ਕਿਹਾ ਜਾ ਸਕਦਾ ਕਿ ਇਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਵੈਨਸ ਆਈਆਂ ਹੈਗੀਆਂ ਨੇ ਲੜਕੀਆਂ ਵੀ ਸੀ ਤਾਂ ਲੇਡੀ ਕਾਂਸਟੇਬਲ ਵੀ ਨਾਲ ਸੀ ਮੈਡਮ ਕਿਸ ਤਰ੍ਹਾਂ ਦੀ ਪ੍ਰੋਬਲਮ ਸੀ ਇਹਨਾਂ ਨੂੰ ਇੱਥੇ ਫਸੇ ਹੋਏ ਸੀ ਜਾਂ ਇਹਨਾਂ ਕੋਲ ਸਾਧਨ ਨਹੀਂ ਸੀ ਕੋਈ ਜਾਣ ਦਾ ਸਰ ਜਿਸ ਤਰ੍ਹਾਂ ਕਿ 4-wheeler ਆਟੋ ਵਗੈਰਾ ਤੋਂ ਸ਼ਹਿਰ ਮੇ ਕੋਈ ਚੱਲ ਨਹੀਂ ਰਿਹਾ ਹੈ ਤੋ ਇਸ ਤਰ੍ਹਾਂ ਇਹਨਾਂ ਨੇ SSP ਮੈਮ ਕੇ ਪਾਸ ਈਮੇਲ ਕੇ ਥਰੂ ਬਾਤਚੀਤ ਕੀ ਥੀ ਤੋ ਹਮੇ ਸੀਨੀਅਰ ਆਫੀਸਰਸ ਨੇ ਆਰਡਰ ਦਿਆ ਕਿ ਆਪ ਵਹਾਂ ਪੇ ਜਾਏ ਔਰ ਉਨਕੋ ਡ੍ਰੌਪ ਕਰਕੇ ਆਏ ਤੋ ਕਿੰਨੇ ਕੁ ਸਟੂਡੈਂਟ ਸੀਗੇ ਉੱਥੇ ਜਿੱਥੇ ਕੋਈ ਸਾਧਨ ਨਹੀਂ ਸੀ ਇਹਨਾਂ ਨੂੰ ਮਿਲ ਰਿਹਾ ਫਿਰ ਤੁਸੀਂ ਜਿਹੜੇ ਸ਼ਿਫਟ ਕੀਤੇ ਸਰ ਅਭੀ ਸਿਰਫ ਹੀ ਨਹੀਂ 5 ਸਟੂਡੈਂਟਸ ਕੇ ਬਾਰੇ ਮੇ ਪਤਾ ਤੋ ਲਗਾ ਉਨਕੋ ਡ੍ਰੌਪ ਕਰ ਦਿਆ ਹੈ ਆਗੇ ਅਗਰ ਐਸੀ ਕੋਈ ਪ੍ਰੋਬਲਮ ਹੋਗੀ ਤਾਂ ਅੱਗੇ ਜਾਏ ਯਾਨੀ ਕਿ ਜੇ ਕੋਈ ਆਮ ਤੌਰ ਤੇ ਦੇਖਦੇ ਆ PCR ਨੂੰ ਫੋਨ ਕਰਦਾ 112 ਤੇ ਕੋਈ ਪਰੇਸ਼ਾਨੀ ਕਰਕੇ ਦਿੱਕਤ ਕਰਕੇ ਯਾਨੀ ਕਿ ਹੁਣ ਜਿਵੇਂ ਲੋਕਡਾਊਨ ਦਾ ਸਮੇਂ ਚੱਲ ਰਿਹਾ ਕੋਈ ਵੀ ਚੀਜ਼ ਤੁਸੀਂ ਪੂਰੀ ਕਰ ਸਕਦੇ ਹੋ ਤਾਂ ਤੁਸੀਂ ਜਾਣੇ ਉੱਥੇ ਹਰ ਜਗ੍ਹਾ ਤੇ ਹਾਂ ਜਿੰਨਾ ਵੀ ਅਰੇਂਜ ਹੋ ਸਕਦਾ ਹੈ ਸੋਸ਼ਲ ਡਿਸਟੈਂਸਿੰਗ ਕੋ ਫੋਲੋ ਕਰਦੇ ਹੋਏ ਜਾਂ COVID-19 ਕੇ ਰਿਗਾਰਡਿੰਗ ਜਿਹੜੇ ਵੀ ਜ਼ਰੂਰ ਹਦਾਇਤਾਂ ਦੀ ਗਈ ਹੈ ਉਸਕੋ ਧਿਆਨ ਮੇ ਰੱਖਤੇ ਹੋਏ ਹਮ ਕੁਛ ਵੀ ਜੋ ਵੀ ਪੋਸੀਬਲ ਹੋਤਾ ਹੈ ਮੋਸਟਲੀ ਵੋ ਹੈਲਪ ਕਰਤੇ ਹੈ ਬਿਲਕੁਲ ਕਹਿ ਸਕਦੇ ਹਾਂ ਕਿ ਤੁਸੀਂ ਦੇਖੋ ਜਿਸ ਤਰ੍ਹਾਂ ਦੇ ਨਾਲ ਜਿਹੜੇ ਸਟੂਡੈਂਟਸ ਪਹੁੰਚ ਨੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਸਟੂਡੈਂਟਸ ਨੇ ਜਾਂ ਫਿਰ ਜਿਹੜੇ ਵੀ ਲੋਕ ਕੰਮਕਾਜ ਵਾਲੇ ਨੇ ਕਿ ਉਹ ਜਾ ਰਹੇ ਨੇ ਤਾਂ ਉਹ ਆਪਣਾ ਸਮਾਨ ਲੈ ਕੇ ਇਸ ਜਗ੍ਹਾ ਤੇ ਪਹੁੰਚੇ ਨੇ ਤੇ ਇਸ ਤੋਂ ਬਾਅਦ ਜਿਹੜਾ ਕਿ ਇਹਨਾਂ ਦੀ ਸਕਰੀਨਿੰਗ ਹੋਣੀ ਹੈ ਪਰ ਇਸ ਦੇ ਵਿੱਚ ਕਿਹਾ ਜਾ ਸਕਦਾ ਪੁਲਿਸ ਦਾ ਇੱਕ ਚੰਗਾ ਰੋਲ ਕਿ ਆਖਿਰਕਾਰ ਜੇਕਰ ਉਹਨਾਂ ਨੇ ਮਦਦ ਦੀ ਗੁਹਾਰ ਲਗਾਈ ਤਾਂ ਪੁਲਿਸ ਨੇ ਇਹ ਗੱਲ ਨਹੀਂ ਕਹੀ ਕਿ ਤੁਸੀਂ ਕਿਸੇ ਹੋਰ ਨਾਲ ਸੰਪਰਕ ਕਰੋ ਜਾਂ ਕਿਤੇ ਹੋਰ ਜਗ੍ਹਾ ਤੇ ਜਾਣਾ ਹੈਗਾ ਬਟ ਨਾਲ ਦੀ ਨਾਲ ਜੇ ਕਿਹਾ ਜਾਵੇ ਜਿਹੜੀ ਹੈ ਕਿ ਉਹਨਾਂ ਨੇ ਆਪਦੀ PCR ਵੈਨਸ ਭੇਜੀਆਂ ਹੈਗੀਆਂ ਨੇ ਤੁਸੀਂ ਇਹ ਦੇਖੋ ਕਿ ਸਟੂਡੈਂਟਸ ਉੱਥੋਂ ਆਏ ਹੈਗੇ ਨੇ ਤੇ ਕਿਹਾ ਜਾ ਸਕਦਾ ਆਪਣੇ ਕਿਸ ਜਗ੍ਹਾ 'ਤੇ ਜਾਣਾ ਹੈ ਔਰ ਕਿਸ ਤਰ੍ਹਾਂ ਕੀ ਪ੍ਰੋਬਲਮ ਸੀ ਆਪਕੋ ਕਿ ਵਹਾਂ ਪਰ ਕੋਈ ਸਾਧਨ ਨਹੀਂ ਮਿਲੇ ਜ਼ਿਆਦਾਤਰ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲੇ ਸਟੂਡੈਂਟਸ ਇੱਥੇ ਪਹੁੰਚੇ ਹੈਗੇ ਨੇਗੇ ਹਾਲਾਂਕਿ ਇਹਨਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਹੈਗੀ ਹੈ ਕਿ ਸਾਰੇ ਉਸ ਹਿੰਦੀ ਪੰਜਾਬੀ ਨਹੀਂ ਬੋਲ ਸਕਦੇ ਹੈਗੇ ਪਰ ਕਹਿ ਸਕਦੇ ਹਾਂ ਇੱਕ ਵੱਡੇ ਮਦਦਗਾਰ ਦੇ ਤੌਰ ਤੇ ਚੰਡੀਗੜ੍ਹ ਪੁਲਿਸ ਨੂੰ ਨਿਤਰੀ ਹੈ ਤੇ ਉਹਨਾਂ ਨੇ ਅੱਗੇ ਵੀ ਲਈ ਵੀ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋਊਗੀ ਤਾਂ ਚੰਡੀਗੜ੍ਹ ਪੁਲਿਸ ਦੀ ਜਿਹੜੀ PCR ਵੈਨਸ ਨੇ ਉਹ ਨਾ ਸਿਰਫ ਕਿਸੇ ਕ੍ਰਿਮੀਨਲ ਗਤੀਵਿਧੀ ਦੇ ਨੂੰ ਰੋਕਣ ਦੇ ਲਈ ਬਲਕਿ ਆਮ ਲੋਕਾਂ ਦੀ ਮਦਦ ਦੇ ਲਈ ਵੀ ਹੈ 24 ਘੰਟੇ ਤਿਆਰ ਨੇ ਅੱਗੇ ਲਈ ਵੀ ਕਿਸੇ ਨੂੰ ਸਮੱਸਿਆ ਆਊਗੀ ਤਾਂ ਅਸੀਂ ਉੱਥੇ ਜਾਵਾਂਗੇ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀਤ ਜੋਸ਼ੀ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ